भारतीय किसान यूनियन हरियाणा के नेता गुरनाम सिंह चहूनी आज पंजाब के श्री मुक्तसर साहिब में पहुंचे, किसानों के साथ मीटिंग कर रहे हैं और किसानों को राजनीति में आगे आने के लिए कह रहे हैं। खेती कानून को रद्द करवाने की भी बात कर रहे हैं। चहूनी ने कहा है कि मैं चुनाव नहीं लड़ूंगा। फगवाड़ा में किसान गन्ना के समर्थन मूल्य को लेकर पंजाब सरकार के खिलाफ प्रदर्शन कर रहे हैं। चहूनी ने कहा है कि मैं किसानों का समर्थन करता हूं। चहूनी ने कहा कि पंजाब के गन्ना किसानों के लिए पंजाब सरकार से भिड़ना भी पड़ा तो भी तैयार हूं। किसान कारपोरेट घरानों से कहीं ज्यादा अमीर है, किसान खुद अपना कारपोरेट तैयार करेंगे। खेती कानून रद्द होने के बाद इस आइडिया पर काम किया जाएगा। मुख्तसर से एनमोल सिंह की रिपोर्ट और बने रहिए लाइव भारत के साथ। ਲੋਕਾਂ ਦੇ ਵਿੱਚ ਇੱਕ ਨਵੀਂ ਗੱਲ ਲੋਕਾਂ ਦੇ ਵਿੱਚ ਇਹ ਆਪਾਂ ਕਿਉਂਕਿ ਵੋਟਾਂ ਤੇ ਆਪਣੇ ਨਾਲ ਪਿਛਲੇ ਪਾਰਟੀ ਦੀ ਫੈਕਟਰੀ ਹੈ ਨਾ ਅਕਾਲੀ ਦਲ ਦੀ ਫੈਕਟਰੀ ਹੈ ਨਾ ਕਾਂਗਰਸ ਦੀ ਫੈਕਟਰੀ ਹੈ ਨਾ ਆਮ ਆਦਮੀ ਦੀ ਫੈਕਟਰੀ ਹੈ ਵੋਟਾਂ ਦੇ ਤੁਹਾਡੀਆਂ ਨੇ ਤੁਹਾਡੀ ਕੋਈ ਕੁਛ ਨਹੀਂ ਕਾਰਪੋਰੇਟ ਜਿਹੜਾ ਪੈਸੇ ਦਿੰਦਾ ਉਹਦੀ ਗੱਲ ਸੁਣੀ ਜਾਂਦੀ ਹੈ ਸਾਡੇ ਵੱਲ ਕੋਈ ਕਾਨੂੰਨ ਨਹੀਂ ਸਾਨੂੰ ਤੁਹਾਡੇ ਦਾ ਕੋਈ ਕਾਨੂੰਨ ਨਹੀਂ सब तो पहला आप अंदोलन के लिए जो लड़ना है ये अंदोलन जीत के आपने जोड़ा है ये राजनीति जी है अपने पकड़ जिनी तुम बना सकते हो जिनी थोड़े तो कपैसिटी उस तो भजन की लड़ नहीं है उस तो क्योंकि जो इलाज ही उतो होना है फिर उस हस्पता जाना पड़ेगा जब उस हस्पता तो बिना कोई इलाज ही नहीं है तो उस हस्पता आप जाइए ना फिर इलाज हो ही नहीं इस करके अपने बीचों चंगे बंदे छाड़ के उधर भी मैं तो उधर करने की लोड़ नहीं है ना मैं कोई ये मैं देख हूं तक भी की भाई जेल जा रहा 40 दिन का दिन हो भी कर जे 307 दिन तीन के साथ फरार है स्टैंड ते जे राजनीति इना शौक सी बच्ची दे राजनीति जब पार्टी जाके करते फिर तक राजनीति को लोड़ नहीं पर सुधार करिए कि नहीं आखिर करिए कि इस करके साड़ी बेनती है भी ये अंदोलन के लिए जोड़ा है आप लगता है कि भी एक योजा जोरदार प्रदर्शन क्योंकि बहन और सरकार नहीं बनती जिन्हें आप बैठे हैं सब तो मुझे सरकार ने गल नहीं देखी हम सारी उम्र कटिए बैठे बैठे ਬਈ ਕੋਈ ਇਹੋ ਜਿਹਾ ਪ੍ਰੋਗਰਾਮ ਵੀ ਸਾਨੂੰ ਦੇਣਾ ਪਏਗਾ ਬਈ ਜਿਹਦੇ ਸਰਕਾਰ ਮਜ਼ਬੂਰ ਹੋ ਜਾਵੇ ਉਹ ਵੀ ਦੇਣਾ ਪਏਗਾ ਉਹਦੇ ਵਾਸਤੇ ਸਾਨੂੰ ਤਿਆਰ ਰਹਿਣਾ ਪਏਗਾ ਕਿਉਂਕਿ ਪੰਜਾਬ ਦੇ ਲੋਕ ਇਸ ਟਾਈਮ ਅਗਵਾਨੀ ਕਰ ਰਹੇ ਨੇ ਅਤੇ ਉਹ ਜਿਹੜਾ ਉਸ ਤੋਂ ਬਿਨਾਂ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਕੋਈ ਗੱਲ ਮੰਨੇਗੀ ਤੇ ਉਸ ਦੇ ਬਾਅਦ ਕੁਰਬਾਨੀਆਂ ਦੇਣੀਆਂ ਪੈਣੀਆਂ ਜਦੋਂ ਕਦਮ ਕੀ ਬਣ ਕੇ ਡਾਂਗ ਨੂੰ ਪੈਣ ਨੂੰ ਜਿਹੜਾ ਵੀ ਤੇ ਬਸ ਇੰਨਾ ਕੁ ਬੇਨਤੀ ਤੁਹਾਨੂੰ ਕਰਨ ਆਏ ਸੀ ਕਿ ਦੋਵੇਂ ਰਸਤਿਆਂ 'ਤੇ ਆਪਾਂ ਨੂੰ ਚੱਲਣਾ ਪਏਗਾ ਇੱਕ ਆਪਾਂ ਨੂੰ ਇਹ ਅੰਦੋਲਨ ਹਰ ਹਾਲਤ ਦੇ ਵਿੱਚ ਸਿਰ ਜੋੜ ਕੇ ਚੱਲਣਾ ਜਿੰਨਾ ਇਹਦੇ 'ਚ ਵੱਧ ਤੋਂ ਵੱਧ ਯੋਗਦਾਨ ਤੁਸੀਂ ਪਾ ਸਕਦੇ ਹੋ ਧੰਨਵਾਦੀਆਂ ਤੁਹਾਡੇ ਸਾਰੇ ਧੰਨਵਾਦੀਆਂ ਜਿਨ੍ਹਾਂ ਨੇ ਕਿੱਡਾ ਵੱਡਾ ਅੰਦੋਲਨ ਛੇੜਿਆ ਅਤੇ ਨੀਤੀ ਪਹੁੰਚਿਆ ਅਤੇ ਅੱਜ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਸ਼ੱਕ ਹਰਿਆਣੇ ਵਾਲੇ ਇੱਦਾਂ ਦਾ ਛੋਟਾ ਫੇਰਾ ਹੋਇਆ ਦੇ ਵਿੱਚ ਪ੍ਰਭੋ ਅਤੇ ਪੰਜਾਬ ਦਾ ਅਤੇ ਇੰਡੀਆ ਨੂੰ ਬੇਨਤੀ ਕਰਦਾ ਹੋਇਆ ਕਿ ਵੀ ਇਹ ਅੰਦੋਲਨ ਆਪਾਂ ਸਾਰਿਆਂ ਨੇ ਇੱਕਜੁੱਟ ਹੋ ਕੇ ਭਾਵੇਂ ਲੜਨਾ ਕਿ ਭਰਾ ਦੇ ਪੰਜਾਬ ਦੇ ਹੋਰ ਜਿੰਨਾ ਵੀ ਆਪਾਂ ਤੋੜ ਸਕਦੇ ਹਾਂ ਸੱਚੇ ਪੁੱਤਰ ਤੋੜ ਰਹੇ ਹਾਂ ਸਾਰਿਆਂ ਨੇ ਇਹ ਅੰਦੋਲਨ ਵੀ ਸਿਰੇ ਲੜਨਾ ਅਤੇ ਉਸ ਤੋਂ ਬਾਅਦ ਜਿਹੜਾ ਮਿਸ਼ਨ ਪੰਜਾਬ ਹੈ ਉਹਦੇ ਵਾਸਤੇ ਵੀ ਤੁਸੀਂ ਆਪਣੇ ਦਿਮਾਗਾਂ ਦੇ ਵਿੱਚ ਨਕਸ਼ਾ ਬਣਾ ਸਕਦੇ ਜੇ ਅੱਜ ਇਹ ਰਵਾਇਤੀ ਪਾਰਟੀਆਂ ਸਾਡੇ ਵਿੱਚ ਆ ਰਹੀਆਂ ਨੇ ਹਰਿਆਣੇ 'ਤੇ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਹਰਿਆਣੇ 'ਤੇ ਤੁਸੀਂ ਇਹ ਮੰਨ ਕੇ ਚਲੋ 3-4 ਜਗ੍ਹਾ ਕੋਈ ਐਵਰੇਜ ਆ ਰਹੀ ਹੈ 3-4 ਜਗ੍ਹਾ ਜ਼ਰੂਰ ਜੀਤ ਜਾ ਪੰਜਾਬ 'ਚ ਨਹੀਂ ਭਜਾ ਰਹੇ ਹੋ ਪਰ ਪੰਜਾਬ 'ਚ ਇਹਦੇ 'ਚ ਹੋਰ ਨੇ ਕਿਉਂਕਿ ਐਕਚੁਅਲੀ ਸਾਡੇ ਜਿਹੜੇ ਦੋਸ਼ੀ ਨੇ ਨਾ ਉਹ ਦੋਸ਼ੀ ਹੈ ਹੀ ਰੱਖ ਦੇ ਖਾਲੀ ਬੀਜੇਪੀ ਨਹੀਂ
ਜਿਹੜੇ ਇਸ ਤੋਂ ਪਹਿਲਾਂ ਸੀ, ਜਿਹੜੇ ਉਸ ਤੋਂ ਪਹਿਲਾਂ ਸੀ, ਜਿਹੜੇ ਉਸ ਤੋਂ ਪਹਿਲਾਂ ਸੀ, ਉਹਨਾਂ ਦੀ ਕੋਈ ਬਹੁਤ ਚੰਗੀਆਂ ਪੋਜੀਸ਼ਨ ਪੱਖ ਦੇ ਰਸੂਲ ਇਹ ਇੰਨੀਆਂ ਬੇਨਤੀਆਂ ਕਰਦਾ ਹੋਇਆ